ਅੱਜ ਅਨੀਤਾ ਸੋਮ ਪ੍ਰਕਾਸ਼ ਵੱਲੋਂ ਆਪਣੀ ਸਾਥੀ ਮਹਿਲਾਵਾਂ ਅਤੇ ਭਾਜਪਾ ਆਗੂਆਂ ਨੂੰ ਨਾਲ ਲੈ ਕੇ ਐਸਪੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਪ੍ਰਦਰਸ਼ਨ ਕਾਂਗਰਸੀ ਆਗੂ ਗੁਰਦੀਪ ਦੀਪਾ ਵੱਲੋਂ ਓਂਕਾਰ ਨਗਰ ਵਿਖੇ ਬੋਲੀ ਗਈ ਗਲਤ ਸ਼ਬਦਾਵਲੀ ਦੇ ਵਿਰੋਧ ਵਿੱਚ ਲਗਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਗੁਰਦੀਪ ਦੀਪਾ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦਕਿ ਪੁਲਿਸ ਨੇ 2 ਦਿਨ ਦਾ ਟਾਈਮ ਲਿਆ ਸੀ, ਜਿਸ ਕਰਕੇ ਉਹਨਾਂ ਨੇ ਅੱਜ ਇਹ ਧਰਨਾ ਲਗਾਇਆ ਹੈ। ਉਹਨਾਂ ਕਿਹਾ ਕਿ ਸਾਨੂੰ ਹੁਣ ਪੁਲਿਸ ਪ੍ਰਸ਼ਾਸਨ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਨਾਲ ਹੀ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਹਾਲੇ ਤਾਂ ਕਾਂਗਰਸ ਚੋਣ ਪ੍ਰਚਾਰ ਹੀ ਕਰ ਰਹੀ ਹੈ, ਜੇ ਕਿਤੇ ਉਹਨਾਂ ਦਾ MLA ਬਣ ਗਿਆ ਤਾਂ ਔਰਤਾਂ ਦਾ ਘਰੋਂ ਨਿਕਲਣਾ ਵੀ ਬੰਦ ਹੋ ਜਾਵੇਗਾ। ਤੇ ਹੁਣ ਤੁਸੀਂ ਸ਼ਾਮ ਤੱਕ ਕੀ ਕਾਰਵਾਈ ਕਰੋਗੇ, ਦੱਸੋ 2 ਘੰਟੇ। ਸਾਨੂੰ ਇਹ ਭਰੋਸਾ ਤਾਂ ਦਿਓ, ਭੈਣਾਂ ਕਹਿ ਤਾਂ ਦਿੱਤਾ ਪਰ ਭਰਾ ਦਾ ਫਰਜ਼ ਨਿਭਾਉਣਾ ਬਹੁਤ ਔਖਾ ਆ, ਇਹ ਦੇਖ ਲਿਓ। ਤੁਸੀਂ ਭੈਣਾਂ ਕਹਿ ਕੇ ਗੱਲ ਤਾਂ ਕਰ ਰਹੀ ਆ, ਇਹ ਹੁਣ ਭੈਣ ਕਹਿਣ ਦੀ ਲਾਜ਼ਮੀ ਰੱਖਣੀ ਪੈਣੀ ਆ। ਇਹਨੂੰ ਇਹ ਕਿ ਸਾਨੂੰ ਭਰੋਸਾ ਦੇ ਤਾ ਤੇ ਜੀ ਤੁਸੀਂ ਉੱਠ ਜਾਓ ਤੇ ਭੇਜ ਦਈਏ, ਬਾਅਦ ਚ ਤੁਸੀਂ ਕੌਣ ਤੇ ਅਸੀਂ ਕੌਣ, ਫਿਰ ਅਸੀਂ ਤੁਹਾਨੂੰ ਦੱਸਣਾ ਆਉਂਦਾ ਵੀ ਅਸੀਂ ਕੌਣ ਹੈ। ਫਿਰ ਇਹ ਹੋ ਜਾਂਦਾ ਤੇ ਭੈਣਾਂ ਭਰਾਵਾਂ ਦੀ ਰਕਸ਼ਾ ਲਈ ਉੱਤਰ ਆਉਂਦੀਆਂ, ਇਹ ਦੇਖ ਲਓ। ਸਾਨੂੰ ਉਹ ਨਾ ਕਰਨਾ ਪਵੇ ਤੇ ਤੁਹਾਡੀ ਰਕਸ਼ਾ ਲਈ ਉੱਤਰ ਆਵੇ। ਇਹ ਧਿਆਨ ਰੱਖਿਓ ਜਰਾ, ਇਹ ਸਾਡੀ ਮਾਰ ਲੈਂਗਾ, ਇਹ ਉਲਟਾ ਹੋਣਾ ਜੋ ਜੋ ਚੱਲ ਰਿਹਾ ਇਹ ਉਲਟਾ ਨਾ ਹੋ ਜਾਵੇ। ਢਿੱਲੋਂ ਸਾਹਿਬ ਵੀ ਸਾਨੂੰ ਵਿਸ਼ਵਾਸ ਦਵਾ ਰਹੇ ਆ, ਪਰ ਮੈਨੂੰ ਹਲੇ ਤੱਕ ਵਿਸ਼ਵਾਸ ਕਿਸੇ ਤੇ ਨਹੀਂ ਹੈ। ਮੈਂ ਤਾਂ ਆਪਣੀਆਂ ਭੈਣਾਂ ਦੀ ਰਕਸ਼ਾ ਚਾਹੁੰਦੀ ਹਾਂ, ਉਹਨਾਂ ਦੇ ਖਿਲਾਫ਼ ਕੋਈ ਇੱਦਾਂ ਦੇ ਲਫ਼ਜ਼ ਨਾ ਬੋਲਣ। ਕਰਪਸ਼ਨ ਦਾ ਇਲਜ਼ਾਮ ਕਿਸੇ ਤੇ ਵੀ ਲਾ ਦੇਵੇ, ਤੁਸੀਂ ਲੋਕ ਅਫਸਰ ਹੋ, ਜੇ ਤੁਹਾਡੇ ਤੇ ਵੀ ਲਾਣ ਤਾਂ ਤੁਸੀਂ ਕੀ ਕਰੋਗੇ? ਤੁਸੀਂ ਕਾਰਵਾਈ ਨਹੀਂ ਕਰੋਗੇ ਕਿ ਸਾਡੇ ਤੇ ਇਲਜ਼ਾਮ ਲਾਉਂਦੇ ਹੋ? ਸ਼ਾਮ ਨੂੰ ਫਿਰ ਉਹੀ ਕਾਰਵਾਈ ਉਹਨਾਂ ਤੇ ਕਰ ਲਓ, ਜੋ ਤੁਹਾਡੇ ਤੇ ਤੁਹਾਨੂੰ ਕਹਿਣ ਲਈ ਕਾਰਵਾਈ ਹੋਣੀ ਆ, ਜਾਂ ਤੁਹਾਡੇ ਤੇ ਇਲਜ਼ਾਮ ਲਾਉਣ ਲਈ ਕਾਰਵਾਈ ਹੋਣੀ ਆ। ਅਸੀਂ ਚਾਹੁੰਦੇ ਹਾਂ ਉਹੀ ਕਾਰਵਾਈ ਉਹਨਾਂ ਲੋਕਾਂ ਤੇ ਕਰੋ, ਔਰ ਸਾਨੂੰ ਤਾਂ ਤਸੱਲੀ ਹੋਣੀ ਆ, ਨਹੀਂ ਤਾਂ ਅਸੀਂ ਰੋਜ਼ ਸੜਕਾਂ ਤੇ ਉਤਰਾਂਗੇ ਔਰ ਉੱਥੇ ਬੈਠਾਂਗੇ। ਅੱਜ ਤਾਂ ਤੁਸੀਂ ਲੋਕਾਂ ਨੇ ਰੋਕ ਲਈਆਂ ਕਿ ਨਾ ਜਾਓ, ਉੱਥੇ ਡੰਡੇ ਪੈਣੇ ਆ, ਉੱਥੇ ਆ ਹੋਣਾ। ਇਹ ਡਰ ਸਾਡੇ ਮਨਾਂ ਚ ਨਹੀਂ ਹੈ, ਜਿੰਨੇ ਮਰਜ਼ੀ ਡੰਡੇ ਮਾਰ ਲਓ, ਇਹ ਡਰ ਨਿਕਲੇ ਪਏ ਆ ਸਾਡੇ। ਚਿੰਤਾ ਨਾ ਕਰੋ, ਪ੍ਰਸ਼ਾਸਨ ਹੈ ਕਹਿੰਦੇ ਆ ਕਿ ਔਰਤ ਦੀ ਸਭ ਤੋਂ ਪਹਿਲਾਂ ਸੁਣਵਾਈ ਹੁੰਦੀ ਆ। ਅਸੀਂ ਇਹ ਗੱਲ ਹੁਣ ਨਹੀਂ ਕਹਿ ਸਕਦੇ ਕਿ ਔਰਤ ਦੀ ਸਭ ਤੋਂ ਪਹਿਲਾਂ ਸੁਣਵਾਈ ਹੁੰਦੀ ਆ, ਅਸੀਂ ਤਾਂ ਕਹਿੰਦੇ 2-2 ਦਿਨ ਲਾ ਦਿੰਦੇ ਆ ਸੁਣਵਾਈ ਕਰਨ ਲਈ। ਇਹ ਵੀ ਕਹਿੰਦੇ ਆ ਜੀ ਆਸ਼ਵਾਸਨ ਦਿੰਦੇ ਆ ਕਿ ਜੀ ਹਲੇ ਸ਼ਾਮ ਤੱਕ ਵੇਟ ਕਰੋ। ਇਹ ਪੁਲਿਸ ਪ੍ਰਸ਼ਾਸਨ ਨਹੀਂ ਹੋਣਾ ਚਾਹੀਦਾ, ਪ੍ਰਸ਼ਾਸਨ ਦੇ ਹੁੰਦਿਆਂ ਲੇਡੀ ਸੁਰੱਖਿਅਤ ਨਹੀਂ ਹੈ, ਉਹਨਾਂ ਨੂੰ ਆਪਣੀ ਸੁਰੱਖਿਆ ਦਾ ਆਪ ਧਿਆਨ ਰੱਖਣਾ ਪਊਗਾ, ਤੁਹਾਡੇ ਤੋਂ ਕੋਈ ਆਸ ਨਹੀਂ ਹੈ। ਸਾਡੇ SP ਸਾਹਿਬ ਸਾਡੇ ਯੂਥ ਨੂੰ ਵੀ ਧਮਕਾਇਆ ਜਾ ਰਿਹਾ, ਘੱਟੋ ਘੱਟ ਥੋੜਾ ਧਿਆਨ ਰੱਖੋ, ਉਹ ਵੀ ਮੇਰੇ ਬੇਟੇ ਆ, ਤੁਹਾਡੀ ਗੱਲ ਸੁਣਦੇ ਆ, ਡਰ ਜਾਂਦੇ ਆ, ਫਿਰ ਆਉਂਦੇ ਆ ਮੇਰੇ ਕੋਲ ਕਿ ਮੈਡਮ ਸਾਨੂੰ ਦੱਸੋ ਅਸੀਂ ਕੀ ਕਰੀਏ। ਮੈਂ ਫਿਰ ਕਹਿੰਦੀ ਹਾਂ ਕਿ ਬੱਚੇ ਨਹੀਂ, ਅਸੀਂ ਮਾਹੌਲ ਨਹੀਂ ਖਰਾਬ ਕਰਨਾ, ਕਿਉਂਕਿ ਸੋਮ ਪ੍ਰਕਾਸ਼ ਜੀ ਉਹਨਾਂ ਮੰਤਰੀਆਂ ਵਿੱਚੋਂ ਨਹੀਂ ਹੈ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕਰਨ, ਪਰ ਸਾਡੇ ਕੈਂਡੀਡੇਟ ਦਾ ਕਾਂਗਰਸ ਦੇ ਆਏ ਆ, ਆਉਂਦੇ ਹੀ ਮਾਹੌਲ ਖਰਾਬ ਕਰ ਦਿੱਤਾ, ਤੇ ਜਿੱਤ ਕੇ ਕੀ ਕਰੂਗੇ, ਜਿੱਤ ਕੇ ਕੀ ਮਾਹੌਲ ਹੋਊਗਾ? ਅਸੀਂ ਔਰਤਾਂ ਸੜਕਾਂ ਤੇ ਜਾ ਸਕਦੀਆਂ, ਸਾਡੇ ਕੋਲ ਬਿਲਕੁਲ ਨਹੀਂ ਭਰੋਸਾ ਹੈਗਾ ਕਿ ਅਸੀਂ ਸੜਕਾਂ ਤੇ ਨਿਕਲ ਕੇ ਆਜ਼ਾਦੀ ਨਾਲ ਘੁੰਮ ਸਕਦੀਆਂ ਆ, ਜਿੱਦਾਂ ਅਸੀਂ ਪਹਿਲਾਂ ਸੋਮ ਪ੍ਰਕਾਸ਼ ਜੀ ਦੇ ਟਾਈਮ 'ਚ ਉਹਨਾਂ ਨੇ ਆ ਕੇ ਸ਼ਹਿਰ 'ਚ ਇੰਨੀ ਅਮਨ ਸ਼ਾਂਤੀ ਕਾਇਮ ਕੀਤੀ ਸੀ
ਅਸੀਂ 9 ਵਜੇ ਤੱਕ ਵੀ ਕੱਲੀਆਂ 10 ਵਜੇ ਤੱਕ ਹੀ ਘੁੰਮ ਸਕਦੀਆਂ ਸੀ, ਕੋਈ ਡਰ ਨਹੀਂ ਲੱਗਦਾ। ਹੁਣ ਅਸੀਂ ਡਰਦੇ ਹਾਂ ਕਿ ਪਤਾ ਨਹੀਂ ਨਿਕਲੀਏ ਕਿੱਥੇ, ਬਾਹਾਂ 'ਚ ਚੂੜੀਆਂ ਲਾ ਲੈਣੀਆਂ, ਕਿੱਥੇ ਹੱਥ ਹੀ ਵੱਢ ਲੈਣਾ ਚੂੜੀਆਂ ਲਾਉਣ ਲਈ। ਕੁਛ ਨਹੀਂ ਪਤਾ, ਸਾਡੇ ਜੂਠ ਨੂੰ ਕੁਛ ਨਹੀਂ ਪਤਾ, ਸਾਨੂੰ ਕਿੱਥੇ ਘੇਰ ਲੈਣਾ। ਸੋ ਥੋੜ੍ਹਾ ਜਿਹਾ ਇੰਨਾ ਕੁ ਠਹਿਰਾ ਜ਼ਰੂਰ ਰੱਖੋ ਕਿ ਸ਼ਹਿਰ 'ਚ ਅਮਨ ਸ਼ਾਂਤੀ ਰਹੇ, ਸ਼ਹਿਰ ਦਾ ਮਾਹੌਲ ਇਲੈਕਸ਼ਨ ਕਰਕੇ ਖਰਾਬ ਨਾ ਹੋਵੇ। ਇਲੈਕਸ਼ਨਾਂ ਤਾਂ ਆਉਣੀਆਂ ਜਾਂਦੀਆਂ ਰਹਿੰਦੀਆਂ, ਪਰ ਜਿਹੜੇ ਆਫੀਸਰ ਹੈ ਉਹਨਾਂ ਦਾ ਇੱਕ ਵਿਸ਼ਵਾਸ ਪਬਲਿਕ 'ਤੇ ਬਣਿਆ ਰਹਿਣਾ ਚਾਹੀਦਾ ਆ, ਇਹ ਜ਼ਰੂਰ ਹੋਣਾ ਚਾਹੀਦਾ ਹੈ। ਉਧਰ SP ਫਗਵਾੜਾ ਵੱਲੋਂ ਸਮੂਹ ਔਰਤਾਂ ਨੂੰ ਭੈਣਾਂ ਕਹਿ ਕੇ ਇਹ ਵਿਸ਼ਵਾਸ ਦਵਾਇਆ ਕਿ ਉਹ ਜਲਦ ਹੀ ਇਸ ਮਾਮਲੇ 'ਤੇ ਬਣਦੀ ਕਾਰਵਾਈ ਕਰਨਗੇ, ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਅਸੀਂ ਥੋੜ੍ਹਾ ਜਿਹਾ VVIP ਬੂਥ ਦੇ ਵਿੱਚ ਇੰਨਾ ਕੁ ਬਿਜ਼ੀ ਸੀ ਕਿ ਸਾਨੂੰ ਥੋੜ੍ਹਾ ਜਿਹਾ ਟਾਈਮ ਲੱਗਿਆ ਸੀ ਇਹਦੇ ਵਿੱਚ ਇਨਕੁਆਇਰੀ ਦੇ ਵਿੱਚ, ਲੇਕਿਨ ਉਹਦੇ ਵਿੱਚ ਹੁਣ SPT ਸਾਹਿਬ ਨੂੰ ਇਨਕੁਆਇਰੀ ਮਾਰਕ ਹੋ ਗਈ ਹੈ, ਕਿਉਂਕਿ ਇਨਕੁਆਇਰੀ ਜਿਹੜੀ ਹੈ ਫਰਦਰ ਆ ਉਹ SPT ਸਾਹਿਬ ਕਰਨਗੇ। ਥੈਂਕ ਯੂ। SP ਫਗਵਾੜਾ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ SP ਸਾਹਿਬ ਨੇ ਉਹਨਾਂ ਨੂੰ ਆਪਣੀਆਂ ਭੈਣਾਂ ਕਿਹਾ ਹੈ ਅਤੇ ਉਹ ਆਸ ਕਰਦੀਆਂ ਹਨ ਕਿ ਭੈਣਾਂ ਦੀ ਬੇਇੱਜ਼ਤੀ ਕਰਨ ਵਾਲੇ ਖਿਲਾਫ਼ ਉਹ ਜ਼ਰੂਰ ਕਾਰਵਾਈ ਕਰਨਗੇ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਕਾਰਵਾਈ ਨਾ ਹੋਈ ਤਾਂ ਇਸ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਸੀਂ ਪਰਸੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਆ ਉਹਨਾਂ ਦਾ ਵੀ ਤੇ ਦੂਜਿਆਂ ਨੂੰ ਵੀ ਅਸੀਂ ਸਾਰਿਆਂ ਨੂੰ ਕਹਿ ਕੇ ਗਏ ਸੀ ਪੁਲਿਸ ਪ੍ਰਸ਼ਾਸਨ ਨੂੰ ਕਿ ਉਹ ਸਾਰੇ ਉੱਥੇ ਮੰਤਰੀ ਵੀ ਬੈਠੇ ਸੀ ਜਿਹੜੇ ਉੱਠ ਕੇ ਚਲੇ ਗਏ ਸੀ, ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਵਰਕਰ ਨੇ ਲੇਡੀਜ਼ ਲਈ ਨਾਮ ਲੈ ਕੇ ਗਲਤ ਬੋਲਿਆ। ਉਹ ਜਿਹੜਾ ਗਲਤ ਬੋਲਿਆ ਸੀ, ਅਸੀਂ ਕਾਰਵਾਈ ਲਈ ਮੰਗ ਕਰਕੇ ਗਏ ਸੀ, ਪਰ ਪੁਲਿਸ ਪ੍ਰਸ਼ਾਸਨ ਨੇ ਹਾਲੇ ਤੱਕ ਕੁਛ ਨਹੀਂ ਕੀਤਾ ਸੀ। ਹੁਣ SP ਸਾਹਿਬ ਨੇ ਸਾਰਿਆਂ ਨੂੰ ਆਪਣੀਆਂ ਭੈਣਾਂ ਕਹਿ ਕੇ ਕਿਹਾ ਕਿ ਮੈਂ ਸ਼ਾਮ ਤੱਕ ਕਾਰਵਾਈ ਕਰ ਦਊਂਗਾ। ਹੁਣ ਦੇਖਦੇ ਹਾਂ ਕਿ SP ਸਾਹਿਬ ਆਪਣੀਆਂ ਭੈਣਾਂ ਦਾ ਕਿੰਨਾ ਕੁ ਧਿਆਨ ਰੱਖਦੇ ਆ, ਜ਼ਿਲ੍ਹੇ ਇੱਥੇ ਫਗਵਾੜੇ ਦੀਆਂ ਲੇਡੀਜ਼ ਦਾ ਕਿੰਨਾ ਕੁ ਧਿਆਨ ਰੱਖਦੇ ਆ। ਭੈਣ ਕਹਿਣਾ ਤਾਂ ਬਹੁਤ ਸੌਖਾ ਆ, ਨਿਭਾਉਣਾ ਬਹੁਤ ਔਖਾ ਆ। ਅੱਜ ਅਸੀਂ ਹੁਣ ਇਹ ਵੀ ਪਰਖ ਕੇ ਦੇਖ ਲਾਂਗੇ ਕਿ ਪੁਲਿਸ ਪ੍ਰਸ਼ਾਸਨ ਵਾਕਿਆ ਫਗਵਾੜੇ ਦੀਆਂ ਮਹਿਲਾਵਾਂ ਨੂੰ ਆਪਣੀਆਂ ਭੈਣਾਂ ਮੰਨਦਾ ਆ, ਔਰ ਜੋ ਕੋਈ ਉਹਨਾਂ ਨੂੰ ਬੁਰਾ ਬੋਲਦਾ ਆ ਉਹਨਾਂ 'ਤੇ ਕਾਰਵਾਈ ਕਰਦਾ ਆ। ਸਾਨੂੰ ਅਸੀਂ ਉਹਨਾਂ ਦੇ ਆਸ਼ਵਾਸਨ 'ਤੇ ਉੱਠੇ ਹਾਂ, ਨਹੀਂ ਤਾਂ ਅਸੀਂ ਆਪਣੀ ਜੇ ਉਹਨਾਂ ਨੇ ਕੁਛ ਵੀ ਨਾ ਕੀਤਾ ਤਾਂ ਅਗਲੀ ਰਣਨੀਤੀ ਜ਼ਰੂਰ ਤਿਆਰ ਕਰਾਂਗੇ ਔਰ ਇਨਸਾਫ਼ ਲੈ ਕੇ ਰਵਾਂਗੇ। ਅੱਜ ਦਾ ਟਾਈਮ ਦਿੱਤਾ ਹੋਇਆ ਸੀ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਬਹੁਤ ਅਫਸੋਸ ਹੈ ਪੁਲਿਸ ਪ੍ਰਸ਼ਾਸਨ 'ਤੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਕਿ SPO ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ, ਕਿੰਨਾ ਕੁ ਟਾਈਮ ਲੱਗਦਾ ਕਾਰਵਾਈ ਕਰਨ ਲਈ। ਇੱਕ ਵਿਸ਼ਵਾਸ ਤਾਂ ਆਪਣਾ ਬਣਾ ਕੇ ਰੱਖੋ, ਪਰ ਨਹੀਂ ਜੇ ਇਹਨਾਂ ਨੇ ਹਲੇ ਵੀ ਹੁਣ ਸ਼ਾਮ ਤੱਕ ਨਾ ਕੀਤੀ ਤਾਂ ਇਹਨਾਂ ਦਾ ਫਗਵਾੜੇ ਦੀਆਂ ਮਹਿਲਾਵਾਂ ਤੋਂ ਬਿਲਕੁਲ ਵਿਸ਼ਵਾਸ ਪੁਲਿਸ ਪ੍ਰਸ਼ਾਸਨ ਦਾ ਉੱਠ ਜਾਊਗਾ। ਔਰ ਮੈਂ ਫਗਵਾੜਾ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਕਦੀ ਇਹਨਾਂ ਕੋਲ ਕੰਪਲੇਂਟ ਘੱਟੇ ਹੀ ਲਿਖਾਓ, ਇਹਨਾਂ ਨੇ ਕੋਈ ਫੈਸਲਾ ਨਹੀਂ ਕਰਨਾ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ, ਇਹ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਰਨ ਜੋਗਾ। ਮੈਮ ਅੱਜ ਸ਼ਾਮ ਤੱਕ ਨਹੀਂ ਕੋਈ ਕਾਰਵਾਈ ਕੀਤੀ ਹੈ ਤੇ ਅਗਲਾ ਤੁਹਾਡਾ ਐਕਸ਼ਨ ਕੀ ਹੋਏਗਾ? ਉਹ ਅਸੀਂ ਦੱਸਾਂਗੇ ਜੀ ਤੁਹਾਨੂੰ। ਇਸ ਮੌਕੇ ਅਕਾਲੀ ਭਾਜਪਾ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ। ਫਗਵਾੜਾ ਤੋਂ ਜੱਸੀ ਸੈਣੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।